ਅੱਜ ਵੀ ਇਤਿਹਾਸ ਦੇ ਪੰਨਿਆਂ 'ਚ ਕੁਝ ਅਜਿਹੀਆਂ ਕਹਾਣੀਆਂ ਅਤੇ ਕਿੱਸੇ ਮੌਜੂਦ ਨੇ ਜਿਨ੍ਹਾਂ ਤੋਂ ਲੋਕ ਅਣਜਾਣ ਨੇ। ਅਜਿਹੇ ਕਿੱਸਾ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਥਾਨੇਸਰ ਕਸਬੇ ਵਿੱਚ ਬਣੇ ਸ਼ੇਖ ਚਿੱਲੀ ਦੀ ਕਬਰ ਦਾ। ਇਸ ਮਕਬਰੇ ਨੂੰ ਹਰਿਆਣਾ ਦਾ ਤਾਜ ਮਹਿਲ ਵੀ ਕਿਹਾ ਜਾਂਦਾ ਹੈ ਅਤੇ ਇਹ ਉਸ ਸਮੇਂ ਬਣਾਇਆ ਗਿਆ ਸੀ ਜਦ ਆਗਰਾ ਵਿੱਚ ਤਾਜ ਮਹਿਲ ਬਣਾਇਆ ਗਿਆ ਸੀ। ਪਵਿੱਤਰ ਗੀਤਾ ਦਾ ਜਨਮ ਸਥਾਨ ਕੁਰੂਕਸ਼ੇਤਰ ਨਾ ਸਿਰਫ ਮਹਾਭਾਰਤ, ਸ਼ਕਤੀਪੀਠ ਅਤੇ ਹੋਰ ਹਿੰਦੂ ਧਾਰਮਿਕ ਸਥਾਨਾਂ ਲਈ ਬਲਕਿ ਸ਼ੇਖ ਚਿੱਲੀ ਦੀ ਕਬਰ ਲਈ ਵੀ ਮਸ਼ਹੂਰ ਹੈ। ਸ਼ੇਖ ਚਿੱਲੀ ਦਾ ਨਾਮ ਸੁਣਦਿਆਂ ਹੀ ਸ਼ੇਖੀ ਮਾਰਨ ਵਾਲੇ ਕਿਸੇ ਵਿਅਕਤੀ ਦਾ ਧਿਆਨ ਆ ਜਾਂਦਾ ਹੈ ਕਿਉਂਕਿ ਕਹਾਵਤਾਂ ਵਿੱਚ ਵੱਡੇ ਬੋਲ ਬੋਲਣ ਵਾਲੇ ਅਤੇ ਝੂਠ ਬੋਲਣ ਵਾਲੇ ਨੂੰ ਸ਼ੇਖ ਚਿੱਲੀ ਕਿਹਾ ਜਾਂਦਾ ਹੈ। ਪਰ ਅਸੀਂ ਇੱਥੇ ਇੱਕ ਵਿਦਵਾਨ ਸੂਫੀ ਸੰਤ ਅਤੇ ਇੱਕ ਰਾਜੇ ਦੇ ਆਧੁਨਿਕ ਅਧਿਆਪਕ ਦੀ ਗੱਲ ਕਰ ਰਹੇ ਹਾਂ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਮਹਾਨ ਹਸਤੀ ਦਾ ਨਾਮ ਸ਼ੇਖ ਚਿੱਲੀ ਨਹੀਂ ਬਲਕਿ ਸ਼ੇਖ ਚਹਿਲੀ ਸੀ। ਜੋ ਸ਼ੇਖ ਚਿੱਲੀ ਕਾ ਮਕਬਰਾ ਬਣਾ ਹੈ ਉਸਕਾ ਨਿਰਮਾਣ ਬਤਾਇਆ ਜਾਤਾ ਹੈ ਕਿ ਸ਼ਾਹਜਹਾਂ ਕੇ ਬੜੇ ਬੇਟੇ ਦਾਰਾ ਸਿਕੋ ਨੇ ਕੀਆ ਥਾ ਔਰ ਸ਼ੇਖ ਚਿੱਲੀ ਜਿਨਕੇ ਨਾਮ ਕੋ ਜਿਨਕੇ ਨਾਮ ਸੇ ਇਸ ਮਕਬਰੇ ਕੋ ਜਾਣਤੇ ਹੈ ਉਹ ਵਾਸਤਵ ਮੇਂ ਸ਼ੇਖ ਚਹਿਲੀ ਥੇ ਜੋ ਕਿ ਈਰਾਨ ਕੇ ਰਹਿਣੇ ਵਾਲੇ ਸੂਫੀ ਸੰਤ ਥੇ ਔਰ ਭਾਰਤ ਉਹ ਆਏ ਥੇ। ਭਾਰਤ ਮੇਂ ਉਨ੍ਹੋਂਨੇ ਕਈ ਜਗ੍ਹਾ ਨਿਵਾਸ ਕੀਆ। ਬਤਾਤੇ ਹੈ ਕਿ ਸਡੋਰਾਮ ਕੇ ਵੀ ਇਨਕੇ ਰਹਿਣੇ ਕੇ ਪ੍ਰਮਾਣ ਮਿਲਤੇ ਹੈ। ਸ਼ੇਖ ਚਿੱਲੀ ਦੀ ਕਬਰ ਕੁਰੂਕਸ਼ੇਤਰ ਦੇ ਬਾਰ ਬਾਰ ਇੱਕ ਉੱਚੇ ਟੀਲੇ 'ਤੇ ਬਣਾਈ ਗਈ ਹੈ। ਇਹ ਮਕਬਰਾ ਬਹੁਤ ਖੂਬਸੂਰਤ ਹੈ ਜੋ ਮੁਗਲ ਆਰਕੀਟੈਕਚਰ ਨੂੰ ਬਾਖੂਬੀ ਬਿਆਨ ਕਰਦਾ ਹੈ। ਮੁੱਖ ਇਮਾਰਤ ਤਾਜ ਮਹਿਲ ਵਾਂਗ ਸੰਗਮਰਮਰ ਦੇ ਪੱਥਰ ਨਾਲ ਬਣੀ ਹੈ ਅਤੇ ਉੱਪਰ ਇੱਕ ਗੁੰਬਦ ਵੀ ਹੈ। ਆਪਣੇ ਵਿਲੱਖਣ ਅਤੇ ਸੂਝਵਾਨ ਢਾਂਚੇ ਦੇ ਕਾਰਨ ਇਸ ਨੂੰ ਤਾਜ ਮਹਿਲ ਤੋਂ ਬਾਅਦ ਉੱਤਰ ਭਾਰਤ ਵਿੱਚ ਦੂਜਾ ਦਰਜਾ ਦਿੱਤਾ ਗਿਆ। ਇਸ ਮਕਬਰੇ ਦੇ ਬਿਲਕੁਲ ਅੱਗੇ ਸੰਤ ਦੀ ਪਤਨੀ ਦੀ ਕਬਰ ਹੈ ਜੋ ਕਿ ਸੈਂਡ ਸਟੋਨ ਤੋਂ ਬਣਾਈ ਗਈ ਹੈ ਅਤੇ ਫੁੱਲਾਂ ਦੀ ਕਲਾ ਕੀਤੀ ਗਈ ਹੈ। ਇਸ ਮਕਬਰੇ ਦਾ ਨਿਰਮਾਣ ਤਾਜ ਮਹਿਲ ਕੇ ਸਮੇਂ ਹੀ ਹੁਆ। ਲਗਭਗ 1650 ਕੇ ਕਰੀਬ ਇਸ ਮਕਬਰੇ ਦਾ ਨਿਰਮਾਣ ਹੁਆ। ਇਸਕਾ ਜੋ ਸਥਾਪਤਯ ਸ਼ੈਲੀ ਹੈ ਟਿਪੀਕਲ ਮੁਗਲ ਸ਼ੈਲੀ ਹੈ। ਮੁਗਲ ਆਰਕੀਟੈਕਚਰ ਮੇਂ ਇਹ ਮਕਬਰਾ ਬਣਾ ਹੁਆ ਹੈ ਔਰ ਜੈਸੇ ਤਾਜ ਮਹਿਲ ਮੇਂ ਆਪ ਲੋਗ ਨੇ ਦੇਖਾ ਹੋਗਾ ਕਿ ਉੱਪਰ ਜੋ ਸਿਊਡੋ ਗ੍ਰੇਵਸ ਹੈ ਉੱਪਰ ਕੇਵਲ ਦਿਖਾਵਟੀ ਜੋ ਕਬਰੇ ਹੈ ਔਰ ਨੀਚੇ ਜੋ ਅਸਲੀ ਜੋ ਜਬ ਮਕਬਰੇ ਕੇ ਹਮ ਨਿਚਲੇ ਭਾਗ ਮੇਂ ਜਾਤੇ ਹੈ ਪਹਿਲੀ ਮੰਜ਼ਿਲ ਪਰ ਤੋ ਵਹਾਂ ਸੰਤ ਕੀ ਔਰ ਉਨਕੀ ਪਤਨੀ ਕੀ ਕਬਰ ਹੈ। ਇਸ ਮਕਬਰੇ ਦੇ ਬਿਲਕੁਲ ਪਿੱਛੇ ਸ਼ੇਖ ਜਲਾਲੂਦੀਨ ਥਾਨੇਸਰੀ ਦੀ ਦਰਗਾਹ ਹੈ। ਕਿਹਾ ਜਾਂਦਾ ਹੈ ਕਿ ਸ਼ੇਖ ਜਲਾਲੂਦੀਨ ਕੁਰੂਕਸ਼ੇਤਰ ਦੇ ਬਹੁਤ ਵੱਡੇ ਸੂਫੀ ਸੰਤ ਸਨ ਅਤੇ ਇਹਨਾਂ ਦੀ ਦਰਗਾਹ ਤੋਂ ਮੁਗਲ ਸ਼ਾਸਕ ਹੁਮਾਯੂੰ ਨੇ ਇੱਕ ਪੁੱਤਰ ਦੀ ਮੰਗ ਕੀਤੀ ਸੀ। ਹੁਮਾਯੂੰ ਨੂੰ ਅਕਬਰ ਦੇ ਰੂਪ ਵਿੱਚ ਇੱਕ ਪੁੱਤਰ ਮਿਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਬਾਅਦ ਵਿੱਚ ਅਕਬਰ ਦੇ ਨਾਮ ਅੱਗੇ ਜਲਾਲੂਦੀਨ ਇਸੇ ਵਜ੍ਹਾ ਕਾਰਨ ਲਗਾਇਆ ਗਿਆ ਸੀ। ਕਿਹਾ ਇਹ ਵੀ ਜਾਂਦਾ ਹੈ ਕਿ ਅਕਬਰ ਖੁਦ ਇਸ ਮਹਾਨ ਵਿਦਵਾਨ ਦੀ ਕਬਰ 'ਤੇ ਦੋ ਵਾਰ ਆਏ ਸਨ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.